ਹਾਂਜੀ ਸਟੂਡੈਂਟਸ ਵੈਲਕਮ ਸਪੈਸ਼ਲ এডਿਕੇਸ਼ਨ ਦੇ ਵਿੱਚ ਸਾਡਾ ਟੋਪਿਕ ਆ ਫੀਚਰਸ ਔਰ ਕੈਰੈਕਟਰਿਸਟਿਕਸ ਆਫ ਸਪੈਸ਼ਲ এডਿਕੇਸ਼ਨ ਇਹ ਟੋਪਿਕ ਆ ਜਿਹੜਾ ਇਨਕਲੂਸਿਵ ਸਕੂਲ ਕੰਪਲਸਰੀ ਪੇਪਰ ਆ ਬੀਐਡ ਸੈਮੈਸਟਰ 4 ਦਾ ਤੇ ਜਿਹੜਾ ਤੁਹਾਡਾ ਆਪਸ਼ਨਲ ਪੇਪਰ ਆ ਸਪੈਸ਼ਲ এডਿਕੇਸ਼ਨ ਦਾ ਦੋਨਾਂ ਲਈ ਇੰਪੋਰਟੈਂਟ ਆ ਸਭ ਤੋਂ ਪਹਿਲੀ ਵਿਸ਼ੇਸ਼ਤਾ ਇਸ ਪ੍ਰੋਗਰਾਮ ਦੀ ਇਸ এডਿਕੇਸ਼ਨ ਦੀ ਇਹ ਹੈ ਇਹ ਇੱਕ ਵਿਸ਼ੇਸ਼ੀ ਕਿਰਤ ਜਿਹੜਾ ਵਿਅਕਤੀਕ੍ਰਿਤ ਸਿੱਖਿਆ ਪ੍ਰੋਗਰਾਮ ਇੰਡੀਵਿਜੁਲਾਈਜ਼ਡ ਐਜੂਕੇਸ਼ਨਲ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਉਸ ਤਰ੍ਹਾਂ ਦੇ ਬੱਚਿਆਂ ਦਾ ਸੋਸ਼ੀਅਲਾਈਜੇਸ਼ਨ ਕਰਨਾ ਹੈ ਸਮਾਜਿਕਰਣ ਕਰਨਾ ਹੈ ਉਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦੇ ਯੋਗ ਬਣਾਉਣਾ ਹੈ ਜਿਹੜੇ ਬੱਚੇ ਆਪਣੀਆਂ ਲੋੜਾਂ ਨੂੰ ਆਪ ਪੂਰਾ ਨਹੀਂ ਕਰ ਸਕਦੇ ਜਾਂ ਸੁਸਾਇਟੀ ਦੇ ਵਿੱਚ ਉਹ ਐਕਸੈਪਸ਼ਨਲ ਹੁੰਦੇ ਨੇ ਵਿਸ਼ੇਸ਼ ਹੁੰਦੇ ਨੇ ਕਿਸੇ ਵੀ ਕਾਰਨ ਅ ਹੈਲਥ ਵੱਜੋਂ ਵਿਸ਼ੇਸ਼ ਹੋ ਸਕਦੇ ਨੇ ਮੈਂਟਲ ਜਿਹੜਾ ਮੈਂਟਲ ਹੈਲਥ ਉਹਨਾਂ ਦੀ ਉਹਦੇ ਵੱਜੋਂ ਵੀ ਉਹ ਵਿਸ਼ੇਸ਼ ਹੋ ਸਕਦੇ ਨੇ ਤਾਂ ਸਪੈਸੀਫਿਕ ਲਰਨਿੰਗ ਨੀਡਸ ਤੇ ਜਿਹੜੇ ਆਊਟਲਾਈਨ ਗੋਲਸ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਇੱਕ ਵਿਸ਼ੇਸ਼ੀ ਕੀਤਾ ਜਿਹੜਾ ਇੰਡੀਵਿਜੁਅਲਾਈਜ਼ਡ ਪ੍ਰੋਗਰਾਮ ਹੁੰਦਾ ਹੈ ਇਹ ਇਸ ਦੀ ਇਹ ਵਿਸ਼ੇਸ਼ਤਾ ਹੈ ਦੂਸਰੀ ਹੈਗੀ ਇਸ ਦੀ ਵਿਸ਼ੇਸ਼ਤਾ ਇਟ ਰਿਕਵਾਇਰਸ ਐਕਸਪਰਟਾਈਜ਼ ਐਂਡ ਸਪੈਸ਼ਲ ਐਜੂਕੇਟਰਸ ਵਿਸ਼ੇਸ਼ ਤਜਰਬੇ ਵਾਲੇ ਅਧਿਆਪਕਾਂ ਦੀ ਲੋੜ ਹੁੰਦੀ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਅਧਿਆਪਕ ਇਹਦੇ ਵਿੱਚ ਜ਼ਿਆਦਾ ਜ਼ਰੂਰੀ ਹੁੰਦੇ ਨੇ ਇੱਕ ਤਾਂ ਰੈਗੂਲਰ ਕਲਾਸਰੂਮ ਟੀਚਰ ਹੁੰਦਾ ਏ ਜਿਹੜਾ ਉਹਨਾਂ ਦੀ ਵਿਸ਼ੇਸ਼ ਜਿਹੜੀ ਉਹਨਾਂ ਦੀ ਅਕਾਮੋਡੇਸ਼ਨ ਆ ਜਾਂ ਉਹਨਾਂ ਦਾ ਰਹਿਣਾ ਬੱਚਿਆਂ ਦਾ ਕਲਾਸਰੂਮ ਦੇ ਵਿੱਚ ਉਹ ਸਾਰੀ ਚੀਜ਼ ਨੂੰ ਅਬਜ਼ਰਵ ਕਰਦਾ ਏ ਤੇ ਇੱਕ ਵਿਸ਼ੇਸ਼ ਜਿਹੜਾ ਸਪੈਸ਼ਲ ਐਜੂਕੇਟਰ ਹੁੰਦਾ ਏ ਜਿਹੜਾ ਉਹਨਾਂ ਦੀ স্পੈਸ਼ਲ ਐਜੂਕੇਸ਼ਨਲ ਨੀਡਸ ਨੂੰ ਪੂਰਾ ਕਰਦਾ ਏ ਫਿਰ ਇਨਕਲੂਸ਼ਨ ਇਸ ਦੀ ਵਿਸ਼ੇਸ਼ਤਾ ਏ ਸਮਾਵੇਸ਼ੀਕਰਨ ਮੀਨ ਜਿਹੜੀ ਸਪੈਸ਼ਲ ਐਜੂਕੇਸ਼ਨ ਆ ਇਹ ਰੈਗੂਲਰ ਕਲਾਸਰੂਮ ਦੇ ਵਿੱਚ ਵੀ ਇੱਕ ਢੰਗ ਨਾਲ ਦਿੱਤੀ ਜਾ ਸਕਦੀ ਆ ਉਹਨਾਂ ਨੂੰ ਵਿਸ਼ੇਸ਼ ਸਮਾ ਜਿਹੜਾ ਸਾਰਣੀ ਦੇ ਕੇ ਫਿਰ ਹੈ ਡਿਫਰੈਂਸ਼ੀਏਟਿਡ ਇਨਸਟਰਕਸ਼ਨਸ ਇਹਨੀਆਂ ਬਿਨ ਹਦਾਇਤਾਂ ਹੁੰਦੀਆਂ ਨੇ ਇਹਦੇ ਵਿੱਚ ਮੀਨਜ਼ ਆਮ ਨਾਲੋਂ ਹਟ ਕੇ ਹਦਾਇਤਾਂ ਹੁੰਦੀਆਂ ਨੇ ਜਿਵੇਂ ਆਮ ਕਲਾਸਰੂਮ ਦੇ ਵਿੱਚ ਹਦਾਇਤਾਂ ਮਿਲਦੀਆਂ ਨੇ ਉਹਵੇਂ ਨਹੀਂ ਹੁੰਦੀਆਂ ਫਿਰ ਹੈ ਅਸਿਸਟਿਵ ਟੈਕਨੋਲੋਜੀ ਸਹਾਇਕ ਤਕਨੀਕ ਹੁੰਦੀ ਹੈ ਇਹਦੇ ਵਿੱਚ ਸਹਾਇਕ ਤਕਨੀਕ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਪੈਸ਼ਲ ਜਿਹੜੀਆਂ ਆਬਜੈਕਟ ਡਿਵਾਈਸਿਸ ਆਬਜੈਕਟਸ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਬੱਚਿਆਂ ਦੀ ਸਿੱਖਿਆ ਜਿਹੜੀ ਉਹ ਆਸਾਨ ਹੋ ਜਾਂਦੀ ਹੈ ਕਿਉਂਕਿ ਜਿਹੜੀਆਂ ਡਿਸੇਬਿਲਿਟੀਆਂ ਨੇ ਇਹਨਾਂ ਦੇ ਵਿੱਚ ਹੁੰਦੀਆਂ ਨੇ ਤਾਂ ਉਹ ਸਪੈਸ਼ਲ ਜਿਹੜੀਆਂ ਡਿਵਾਈਸਿਜ਼ ਨੇ ਉਹਨਾਂ ਨਾਲ ਦੂਰ ਹੋ ਸਕਦੀਆਂ ਨੇ ਜਿਵੇਂ ਲੈਂਗੁਏਜ ਦੀ ਪ੍ਰੋਬਲਮ ਹੋ ਗਈ ਜਾਂ ਬਰੇਲ ਲਿਪੀ ਇਸ ਤਰ੍ਹਾਂ ਨਾਲ ਫਿਰ ਹੈ ਸਪੈਸ਼ਲਾਈਜ਼ਡ ਟੀਚਿੰਗ ਮੈਥਡਸ ਤਾਂ ਵਿਸ਼ੇਸ਼ੀਕ੍ਰਿਤ ਬੱਚੇ ਨੇ ਜਿਹੜੇ ਵਿਸ਼ੇਸ਼ੀਕ੍ਰਿਤ ਅਧਿਆਪਨ ਵਿਧੀਆਂ ਰਾਹੀਂ ਸਿੱਖਦੇ ਨੇ ਤਾਂ ਇਹਨਾਂ ਦੀਆਂ ਡਿਸੇਬਿਲਿਟੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਾਂ ਨੂੰ ਟੀਚਿੰਗ ਦੇ ਮੈਥਡ ਨੇ ਜਿਹੜੇ ਉਸੇ ਢੰਗ ਦੇ ਹੋਣੇ ਚਾਹੀਦੇ ਨੇ ਤਾਂ ਇਹ ਵੀ ਇਹਨਾਂ ਦੀ ਵਿਸ਼ੇਸ਼ਤਾ ਹੈ ਕਿ ਅਧਿਆਪਨ ਵਿਧੀਆਂ ਇਹਨਾਂ ਦੀਆਂ ਸਪੈਸ਼ਲ ਹੁੰਦੀਆਂ ਨੇ ਫਿਰ ਇਹ ਕਲੈਬੋਰੇਸ਼ਨ ਵਿਦ ਪੇਰੈਂਟਸ ਤਾਂ ਡਿਸੇਬਲ ਜਿਹੜੇ ਸਟੂਡੈਂਟ ਹੁੰਦੇ ਨੇ ਬੱਚੇ ਹੁੰਦੇ ਨੇ ਜਾਂ ਸਪੈਸ਼ਲ ਚਿਲड्रन ਹੁੰਦੇ ਨੇ ਜਿਹੜੇ ਐਕਸੈਪਸ਼ਨਲ ਚਿਲड्रन ਹੁੰਦੇ ਨੇ ਉਹਨਾਂ ਦੇ ਮਾਪਿਆਂ ਨਾਲ ਸਹਿਯੋਗ ਕਰਕੇ ਇਨਾਂ ਦੀ এডਿਕੇਸ਼ਨ ਨੂੰ ਸਿਰੇ ਚੜਾਇਆ ਜਾ ਸਕਦਾ ਹੈ ਮਾਪਿਆਂ ਨਾਲ ਮੇਲ ਮਿਲਾਪ ਕਰਕੇ ਉਹਨਾਂ ਦਾ ਸੋਸ਼ੀਅਲਾਈਜੇਸ਼ਨ ਕੀਤਾ ਜਾ ਸਕਦਾ ਹੈ ਤਾਂ ਇਹਦੀ ਇੱਕ ਵਿਸ਼ੇਸ਼ਤਾ ਇਹ ਕਿ ਮਾਪਿਆਂ ਦਾ ਕਲੈਬੋਰੇਸ਼ਨ ਇਹਦੇ ਵਿੱਚ ਬਹੁਤ ਜ਼ਰੂਰੀ ਆ ਮਾਪਿਆਂ ਨਾਲ ਸਹਿਯੋਗ ਨਾਲ ਹੀ ਬੱਚੇ ਨੇ ਜਿਹੜੇ ਉਹ ਇਸ ਸਟਰੀਮ ਦੇ ਵਿੱਚ ਚੱਲ ਸਕਦੇ ਨੇ ਫਿਰ ਹੈਗਾ ਪ੍ਰੋਗਰੈਸ ਮੋਨਿਟਰਿੰਗ ਤਰੱਕੀ ਨੂੰ ਮਾਪਣਾ ਚਾਹੇ ਅਸੀਂ ਇਵੈਲੂਏਸ਼ਨ ਸਿਸਟਮ ਹੈਗਾ ਸਾਡਾ education ਦੇ ਵਿੱਚ ਪਰ ਫਿਰ ਵੀ ਅਸੀਂ ਇਹ ਬੱਚਿਆਂ ਵਾਸਤੇ ਸਪੈਸ਼ਲ এডਿਕੇਸ਼ਨ ਦੇ ਵਿੱਚ ਜਿਹੜੀ ਤਰੱਕੀ ਨੂੰ ਮਾਪਣਾ ਹੈ ਜਾਂ ਮੋਨਿਟਰਿੰਗ ਕਰਨੀ ਹੈ ਪ੍ਰੋਗਰੈਸ ਦੀ ਬਹੁਤ ਜ਼ਿਆਦਾ ਇਹ ਮਾਇਨੇ ਰੱਖਦੀ ਹੈ ਕਿਉਂਕਿ ਬੱਚੇ ਨੇ ਜਿਹੜੇ ਉਹ ਸਪੈਸ਼ਲ ਨੀਡਸ ਵਾਲੇ ਨੇ ਤਾਂ ਉਹਨਾਂ ਨੂੰ ਜਿਹੜੀ ਮੋਟੀਵੇਸ਼ਨ ਨਾਲੋਂ ਨਾਲ ਮਿਲਣੀ ਚਾਹੀਦੀ ਹੈ ਤੇ ਇਹ ਵੀ ਦੇਖਣਾ ਪੈਣਾ ਹੈ ਕਿ ਉਹ ਜਿਹੜੇ ਨੇ ਸਾਡੇ ਗੋਲਸ ਨੂੰ ਅਚੀਵ ਕਰ ਰਹੇ ਆ ਅਸੀਂ ਜੋ ਵੀ এডਿਕੇਸ਼ਨ ਉਹਨਾਂ ਨੂੰ ਦੇ ਰਹੇ ਆ ਤੇ ਉਹ ਆਪਣੇ ਜਿਹੜਾ ਪਰੋਗਰੈਸ ਵੱਲੋਂ ਜਾ ਰਹੇ ਨੇ ਬੱਚੇ ਕਿ ਨਹੀਂ ਜਾ ਰਹੇ ਕਿ ਉਹਨਾਂ ਨੂੰ ਫਾਇਦਾ ਹੁੰਦਾ ਹੈ ਐਜੂਕੇਸ਼ਨ ਦਾ ਕਿ ਨਹੀਂ ਹੁੰਦਾ ਤਾਂ ਕਿੰਨੀ ਕੁ ਉਸ ਦੀ ਜਿਹੜੇ ਰੇਮੇਡੀਅਲ ਪ੍ਰੋਗਰਾਮ ਉਹ ਕਰਨਾ ਪਊਗਾ ਤਾਂ ਇਸ ਤਰ੍ਹਾਂ ਨਾਲ ਜਿਹੜਾ ਉਹਨਾਂ ਦੀ ਅਬਜ਼ਰਵੇਸ਼ਨ ਬਹੁਤ ਜ਼ਰੂਰੀ ਹੈ ਤੇ ਉਹਨਾਂ ਦੀ ਜਿਹੜੀ ਪ੍ਰੋਗਰੈਸ ਦੀ ਮੋਨਿਟਰਿੰਗ ਆ ਟਾਈਮ ਟੂ ਟਾਈਮ ਉਹ ਬਹੁਤ ਜ਼ਰੂਰੀ ਹੈ ਅੱਗੇ ਸਾਡੇ ਕੋਲ ਹੈਗਾ ट्रांजਿਸ਼ਨਲ ਪਲੈਨਿੰਗ ਭਵਿੱਖ ਦੀਆਂ ਯੋਜਨਾਵਾਂ ਜਿਹੜੀਆਂ ਨੇ ਇਸ ਐਜੂਕੇਸ਼ਨ ਦਾ ਹਿੱਸਾ ਨੇ ਤਾਂ ਅਸੀਂ ਕਹਾਂਗੇ ਕਿ ਇਸ ਦੀ ਵਿਸ਼ੇਸ਼ਤਾ ਇਹ ਕਿ ਜਿਹੜੀ ਲਾਈਫ ਬਿਯੋਂਡ ਸਕੂਲ ਸਕੂਲ ਤੋਂ ਬਾਅਦ ਦੀ ਲਾਈਫ ਉਹਨਾਂ ਦੀ ਕਿਸ ਤਰ੍ਹਾਂ ਦੀ ਹੋਊਗੀ ਬੱਚਿਆਂ ਦੀ ਇਹ ਵੀ ਇਸ ਐਜੂਕੇਸ਼ਨ ਦਾ ਹੀ ਹਿੱਸਾ ਹੈ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦੇਣੀ ਸੋਸ਼ੀਅਲਾਈਜੇਸ਼ਨ ਕਰਨਾ ਉਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦੇ ਯੋਗ ਬਣਾਉਣਾ ਜਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਐਜੂਕੇਸ਼ਨ ਦੇਣੀ ਸਕਿੱਲਫੁਲ ਬਣਾਉਣਾ ਉਹਨਾਂ ਨੂੰ ਕਿ ਉਹ ਆਪਣਾ ਜਿਹੜਾ ਰੋਜ਼ੀ ਰੋਟੀ ਕਮਾ ਸਕਣ ਤੇ ਸਮਾਜ ਦੇ ਵਿੱਚ ਆਮ ਬੰਦਿਆਂ ਦੇ ਨਾਲ ਰਹਿ ਸਕਣ ਫਿਰ ਇਹ ਲੀਗਲ ਪ੍ਰੋਟੈਕਸ਼ਨਜ਼ ਕਾਨੂੰਨੀ ਬਚਾਅ ਲੀਗਲ ਪ੍ਰੋਟੈਕਸ਼ਨ ਵੀ ਇੱਕ ਅਹਿਮ ਜਿਹੜੀ ਵਿਸ਼ੇਸ਼ਤਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਇਸ ਤਰ੍ਹਾਂ ਦੀ ਐਜੂਕੇਸ਼ਨ ਦੀ ਤਾਂ ਇਹਦੇ ਵਿੱਚ ਜਿਵੇਂ ਅਸੀਂ ਐਗਜ਼ਾਮਪਲ ਲੈਨੇ ਆ ਕਿ ਆਈਡੀਆ ਇੰਡੀਵਿਜੂਅਲਸ ਵਿਦ ਡਿਸੇਬਿਲਟੀ ਐਜੂਕੇਸ਼ਨ ਐਕਟ ਇਸ ਤਰ੍ਹਾਂ ਦੇ ਐਕਟ ਨੇ ਜਿਹੜੇ ਉਹ ਬਣੇ ਹੋਏ ਨੇ ਸਾਡੇ ਤੇ ਜਿਹੜੇ ਹੋਰ ਵੀ ਲੀਗਲ ਪ੍ਰੋਟੈਕਸ਼ਨ ਆ ਇਸ ਤਰ੍ਹਾਂ ਦੇ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਤਾਂਕਿ ਇਹਨਾਂ ਦਾ ਸ਼ੋਸ਼ਣ ਨਾ ਹੋ ਸਕੇ ਤੇ ਬਾਕੀ ਵੱਧ ਤੋਂ ਵੱਧ ਇਹ ਇੰਪਰੂਵ ਹੋ ਸਕਣ ਪ੍ਰੋਗਰੈਸ ਇਹਨਾਂ ਦੀ ਹੋ ਸਕੇ ਦੇ ਆਪਣੇ ਜਿਹੜੇ ਸਮਾਜ ਦੇ ਵਿੱਚ ਇਹ ਆਮ ਬੱਚਿਆਂ ਦੇ ਨਾਲ ਆਪਣਾ ਜੀਵਨ ਯਾਪਨ ਕਰ ਸਕਣ ਫਿਰ ਹੈਗਾ ਜੀ ਸਪੈਸ਼ਲ ਇੰਟਰਵੈਂਸ਼ਨ ਸਟ੍ਰੈਟਜੀ ਅ ਦਖਲ ਅੰਦਾਜ਼ੀ ਜਿਹੜੀ ਆ ਉਸ ਦੇ ਲਈ ਸਪੈਸ਼ਲ ਜਿਹੜੀ ਸਟ੍ਰੈਟਜੀ ਹੋਣੀ ਚਾਹੀਦੀ ਆ ਤਾਂ ਕਿ ਇਹਨਾਂ ਦੀ ਐਡਜਸਟਮੈਂਟ ਸਮਾਜ ਦੇ ਵਿੱਚ ਹੋ ਸਕੇ ਤੇ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਕਰ ਸਕਦੇ ਆ ਤਿੰਨ ਤਰ੍ਹਾਂ ਦੇ ਐਫਰਟਸ ਕਰ ਸਕਦੇ ਆ ਪ੍ਰੀਵੈਂਟਿੰਗ ਐਫਰਟਸ ਅ ਬਚਾ ਲਈ ਅਸੀਂ ਐਫਰਟਸ ਕਰ ਸਕਦੇ ਹਾਂ ਕਿ ਬੱਚੇ ਨੇ ਜਿਹੜੇ ਉਹਨਾਂ ਦੀ ਜਿਹੜੀ ਇੰਟਰਫੀਰੈਂਸ ਨਾ ਹੋਵੇ ਕਿਸੇ ਦੀ ਉਹਨਾਂ ਦੇ ਅ ਸਿੱਖਣ ਦੇ ਮਾਮਲੇ ਦੇ ਵਿੱਚ ਜਾਂ ਉਹਨਾਂ ਦੀ ਕਿਸੇ ਵੀ ਲਾਈਫ ਦੇ ਪਾਰਟ ਦੇ ਵਿੱਚ ਫਿਰ ਹਰ ਮੀਡੀਅਲ ਪ੍ਰੋਗਰਾਮ ਜੇ ਕੋਈ ਇੰਟਰਫੀਰੈਂਸ ਹੁੰਦੀ ਹੈ ਉਸ ਨੂੰ ਅਸੀਂ ਦੂਰ ਕਰਨ ਦਾ ਪ੍ਰੋਗਰਾਮ ਵੀ ਬਣਾ ਸਕਦੇ ਹਾਂ ਇਸ ਤੋਂ ਇਲਾਵਾ ਕੰਟੈਂਪੋਰੀ ਐਫਰਟਸ ਕਰ ਸਕਦੇ ਹਾਂ ਅਸੀਂ ਤਾਂ ਜੋ ਇਹਨਾਂ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਸੁਰੱਖਿਅਤ ਹੋ ਸਕੇ ਫਿਰ ਹੈ ਇਟ ਰਿਕਵਾਇਰਸ ਐਨ ਇਨਡਿਸਪਲਨਰੀ ਟੀਮ ਆਫ ਅ ਪ੍ਰੋਫੈਸ਼ਨਲਸ ਸਪੈਸ਼ਲ ਕੀਤਾਕਾਰਾਂ ਦੀ ਲੋੜ ਹੁੰਦੀ ਆ ਬਹੁਤ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਪ੍ਰੋਗਰਾਮ ਦਾ ਹਿੱਸਾ ਸਿਰਫ ਸਟੂਡੈਂਟ ਤੇ ਜਿਹੜਾ ਟੀਚਿੰਗ ਸਟਾਫ ਨੋਨ ਟੀਚਿੰਗ ਸਟਾਫ ਜਾਂ ਪੇਰੈਂਟਸ ਨਹੀਂ ਹੁੰਦੇ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਸਪੈਸ਼ਲ professionals ਜੀ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੁੰਦੇ ਨੇ ਇਸ এডੂਕੇਸ਼ਨ ਦੇ ਵਿੱਚ ਸਪੈਸ਼ਲ ਐਜੂਕੇਟਰਸ ਹੁੰਦੇ ਨੇ ਜਿਹੜੇ ਸਪੈਸ਼ਲ ਐਜੂਕੇਸ਼ਨ ਦੇਣ ਵਾਲੇ ਹੁੰਦੇ ਨੇ ਸਪੈਸ਼ਲ ਜਿਹੜੀ ਉਹਨਾਂ ਨੇ ਟ੍ਰੇਨਿੰਗ ਲਈ ਵੀ ਹੁੰਦੀ ਆ ਰੈਗੂਲਰ ਕਲਾਸ ਟੀਚਰ ਹੁੰਦਾ ਏ ਤੇ ਆ ਸਾਈਕੋਲੋਜਿਸਟ ਹੁੰਦਾ ਏ ਮਨੋਵਿਗਿਆਨੀ ਹੁੰਦਾ ਏ ਸਪੀਚ ਥੈਰਾਪਿਸਟ ਹੁੰਦਾ ਏ ਫਿਜ਼ੀਓਥੈਰਾਪਿਸਟ ਹੁੰਦਾ ਏ ਸਪੈਸ਼ਲਿਸਟ ਡਾਕਟਰਸ ਹੁੰਦੇ ਨੇ ਤਾਂ ਇਸ ਤਰ੍ਹਾਂ ਨਾਲ ਇੱਕ ਪੂਰੀ ਟੀਮ ਆ ਜਿਹੜੀ ਮਿਲ ਕੇ ਇਹਨਾਂ ਸਾਰੇ ਬੱਚਿਆਂ ਦੇ ਜਿਹੜੇ ਐਜੂਕੇਸ਼ਨ ਪ੍ਰੋਗਰਾਮ ਨੂੰ ਸਿਰੇ ਚੜਾਉਂਦੀ ਆ ਤਾਂ ਇਹ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਸਪੈਸ਼ਲ ਐਜੂਕੇਸ਼ਨ ਦੀਆਂ ਨੇ ਬਹੁਤ ਇੰਪੋਰਟੈਂਟ ਟਾਪਿਕ ਆ ਤੁਹਾਨੂੰ ਕਰਨ ਦੇ ਲਈ ਤੇ ਨੌਲੇਜ ਦੇ ਲਈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਾਕੀ ਬੱਚੇ ਵੀ ਫਾਇਦਾ ਉਠਾ ਸਕਣ ਤੇ ਇਹ ਕਨਸੈਪਟ ਆ ਜਿਹੜਾ ਇਹ ਕਾਫੀ ਕਾਫੀ ਕੋਰਸਿਸ ਦਾ ਹਿੱਸਾ ਹੈ ਇਸ ਲਈ ਇਹ ਕਨਸੈਪਟ ਆ ਜਿਹੜਾ ਬਹੁਤ ਜ਼ਰੂਰੀ ਆ ਤਾਂ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ ਕਮੈਂਟ ਕਰੋ ਲਾਈਕ ਕਰੋ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਓਕੇ ਥੈਂਕਸ